ਹੈਲੋ एवरीवन ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਇਟਸ ਜੀਕੇ ਗੁਰੂ ਜੀ ਤੇ ਅੱਜ ਅਸੀਂ ਕਰਾਂਗੇ ਸਾਇੰਸ ਦੇ ਕੁਝ ਇੰਪੋਰਟੈਂਟ ਕੁਐਸਚਨ ਜਿਹੜੇ ਕਿ ਤੁਹਾਡੇ ਐਗਜ਼ਾਮ ਵਿੱਚ ਆ ਸਕਦੇ ਨੇ ਹਰ ਕੁਐਸਚਨ ਦੇ ਲਈ ਤੁਹਾਨੂੰ 5 ਸੈਕਿੰਡ ਦਾ ਟਾਈਮ ਦਿੱਤਾ ਜਾਵੇਗਾ ਜਿਸ ਵਿੱਚ ਤੁਸੀਂ ਸਹੀ ਆਪਸ਼ਨ ਦੀ ਚੋਣ ਕਰਨੀ ਹੈ ਸਟਾਰਟ ਕਰਦੇ ਹਾਂ ਆਪਣੇ ਫਰਸਟ ਕੁਐਸਚਨ ਤੋਂ ਸੈੱਲ ਨਾਮ ਕਿਸ ਵਿਗਿਆਨੀ ਨੇ ਸਭ ਤੋਂ ਪਹਿਲਾਂ ਦਿੱਤਾ ਆਪਸ਼ਨ A ਹੈਗਾ ਫਲੇਮਿੰਗ ਆਪਸ਼ਨ B ਬ੍ਰਾਊਨ ਆਪਸ਼ਨ C ਰਾਬਰਟੋ ਆਪਸ਼ਨ D ਵਾਟਸਨ ਜਿੰਨਾ ਵਿਦਿਆਰਥੀ ਨੇ অপਸ਼ਨ ਨੰਬਰ ਸੀ ਦੀ ਚੋਣ ਕੀਤੀ ਹੈ ਰੌਬਰਟ ਹੁੱਕ ਉਹਨਾਂ ਦਾ ਆਨਸਰ கரੈਕਟ ਹੈ ਨੈਕਸਟ ਹੈ ਸੈੱਲ ਦੀ ਆਤਮ ਹੱਤਿਆ ਦੀ ਥੈਲੀ ਕਿਸ ਨੂੰ ਕਹਿੰਦੇ ਹਨ অপਸ਼ਨ ਏ ਹੈ ਲਾਈਸੋਸੋਮ অপਸ਼ਨ ਬੀ ਰਾਈਬੋਸੋਮ অপਸ਼ਨ ਸੀ ਗੋਲਜੀ ਕਾਇਆ ਜਾਂ অপਸ਼ਨ ਡੀ ਇਹਨਾਂ ਵਿੱਚੋਂ ਕੋਈ ਨਹੀਂ ਜਿੰਨਾ ਵਿਦਿਆਰਥੀ ਨੇ অপਸ਼ਨ ਨੰਬਰ ਏ ਦੀ ਚੋਣ ਕੀਤੀ ਹੈ ਲਾਈਸੋਸੋਮ ਉਹਨਾਂ ਦਾ ਆਨਸਰ ਕੋਰੈਕਟ ਹੈ। ਨੈਕਸਟ ਕੁਐਸਚਨ ਹੈ ਸਾਡੇ ਕੋਲੇ। ਮਨੁੱਖ ਵਿੱਚ ਗੁਰਦੇ ਇੱਕ ਪ੍ਰਣਾਲੀ ਦਾ ਭਾਗ ਹਨ ਜੋ ਸੰਬੰਧਿਤ ਹੈ। অপਸ਼ਨ A ਹੈ ਗੈ ਪੋਸ਼ਣ, অপਸ਼ਨ B ਹੈ ਗੈ ਸਾਹ ਕਿਰਿਆ, অপਸ਼ਨ C ਮਲ ਤਿਆਗ ਜਾਂ অপਸ਼ਨ D ਪਰਿਵਹਨ। ਜਿੰਨਾ ਵਿਦਿਆਰਥੀ ਨੇ অপਸ਼ਨ ਨੰਬਰ ਸੀ ਦੀ ਚੋਣ ਕੀਤੀ ਹੈ ਮਲ ਤਿਆਗ ਉਹਨਾਂ ਦਾ ਆਨਸਰ ਕੋਰੈਕਟ ਹੈ ਜਿਹੜੇ ਗੁਰਦੇ ਨੇ ਉਹ ਮਲ ਤਿਆਗ ਪ੍ਰਣਾਲੀ ਵਿੱਚ ਸਹਾਇਕ ਹਨ ਨੈਕਸਟ ਹੈ ਸਵੇ ਪੋਸ਼ੀ ਪੋਸ਼ਣ ਲਈ ਜ਼ਰੂਰੀ ਹੈ অপਸ਼ਨ A ਹੈ CO2 ਪਾਣੀ অপਸ਼ਨ B ক্লোਰੋਫਿਲ ਜਾਂ অপਸ਼ਨ C ਸੂਰਜ ਦਾ ਪ੍ਰਕਾਸ਼ ਜਾਂ অপਸ਼ਨ D ਉਪਰੋਕਤ ਸਾਰੇ ਜਿੰਨਾ ਵਿਦਿਆਰਥੀਆਂ ਨੇ অপਸ਼ਨ ਨੰਬਰ ਡੀ ਦੀ ਚੋਣ ਕੀਤੀ ਹੈ ਉਪਰੋਕਤ ਸਾਰੇ ਉਹਨਾਂ ਦਾ ਆਨਸਰ கரੈਕਟ ਹੈ ਨੈਕਸਟ ਕੁਐਸਚਨ ਹੈ ਸਾਡੇ ਕੋਲੇ ਸੋਚਣ ਦਾ ਕੰਮ ਦਿਮਾਗ ਦਾ ਕਿਹੜਾ ਐਸਾ ਕਰਦਾ ਹੈ অপਸ਼ਨ A ਹੈ ਅਗਲਾ ਹਿੱਸਾ অপਸ਼ਨ B ਮੱਧ ਦਿਮਾਗ অপਸ਼ਨ C ਪਿਛਲਾ ਦਿਮਾਗ ਜਾਂ অপਸ਼ਨ D ਸਾਰੇ ਜਿੰਨਾ ਵਿਦਿਆਰਥੀਆਂ ਨੇ অপশন নাম্বার এ ਦੀ ਚੋਣ ਕੀਤੀ ਹੈ ਅਗਲਾ ਦਿਮਾਗ ਉਹਨਾਂ ਦਾ ਅਨਸਰ கரெક્ટ ਹੈ ਗਿਆ ਜਿਹੜਾ ਅਗਲਾ ਦਿਮਾਗ ਹੁੰਦਾ ਹੈ ਇਹ ਸੋਚਣ ਸੁੰਗਣ ਅਤੇ ਤਰਕ ਕਰਨ ਦਾ ਕੰਮ ਕਰਦਾ ਹੈ ਅਤੇ ਜਿਹੜਾ ਪਿਛਲਾ ਦਿਮਾਗ ਹੁੰਦਾ ਹੈ ਉਹ ਸਰੀਰ ਦੀ ਸਥਿਤੀ ਤੇ ਸੰਤੁਲਨ ਨੂੰ ਬਣਾਈ ਰੱਖਦਾ ਹੈ ਗਿਆ ਨੈਕਸਟ ਹੈ ਗਿਆ ਸਾਡੇ ਆਹਾਰ ਵਿੱਚ ਆਇਓਡਿਨ ਦੀ ਘਾਟ ਨਾਲ ਕੀ ਹੁੰਦਾ ਹੈ অপশন এ ਹੈ ਗਿਆ ਗਾਈਟਰ অপশন ਬੀ ਮਲੇਰੀਆ অপশন ਸੀ ਟਾਈਫਾਇਡ ਜਾਂ অপশন ডি ਸ਼ੱਕਰ রোগ ਜਿੰਨਾ ਵਿਦਿਆਰਥੀਆਂ ਨੇ অপশন ਨੰਬਰ এ ਦੀ ਚੋਣ ਕੀਤੀ ਹੈ ਗਾਇਟਰ রোগ ਉਹਨਾਂ ਦਾ ਅਨਸਰ கரੈਕਟ ਹੈ ਗਾਇਟਰ রোগ ਵਿੱਚ ਕੀ ਹੁੰਦਾ ਹੈ ਜਿਹੜਾ ਜਿਹੜੀ ਗਰਦਨ ਹੁੰਦੀ ਹੈ ਉਹ ਫੁੱਲ ਜਾਂਦੀ ਹੈ ਅਤੇ ਜਿਹੜੀਆਂ ਅੱਖਾਂ ਨੇ ਉਹ ਬਾਹਰ ਦੇ ਵੱਲ ਆ ਜਾਂਦੀਆਂ ਨੇ ਨੈਕਸਟ ਕੁਐਸਚਨ ਹੈਗਾ ਮਨੁੱਖ ਵਿੱਚ ਕਿੰਨੇ ਜੋੜੀ ਗੁਣਸੂਤਰ ਹਨ অপਸ਼ਨ A ਹੈ 22 অপਸ਼ਨ B অপਸ਼ਨ D 46 ਜਿੰਨਾ ਵਿਦਿਆਰਥੀਆਂ ਨੇ অপਸ਼ਨ ਨੰਬਰ B ਦੀ ਚੋਣ ਕੀਤੀ ਹੈ ਭਾਵ 23 ਉਹਨਾਂ ਦਾ ਆਨਸਰ ਕੌਰੈਕਟ ਹੈ ਨੈਕਸਟ ਕੁਐਸ਼ਨ ਹੈਗਾ ਅਨੁਵਾਂਸ਼ਿਕਤਾ ਦਾ ਪਿਤਾ ਕਿਸ ਨੂੰ ਆਖਦੇ ਹਨ অপਸ਼ਨ A ਹੈ ਡਾਰਵਿਨ ਆਪਸ਼ਨ B ਜੌਨਸਨ ਆਪਸ਼ਨ C ਮੈਂਡਲ ਜਾਂ ਆਪਸ਼ਨ D ਕੋਈ ਨਹੀਂ ਜਿੰਨਾ ਵਿਦਿਆਰਥੀ ਨੇ ਆਪਸ਼ਨ ਨੰਬਰ C ਦੀ ਚੋਣ ਕੀਤੀ ਹੈ ਮੈਂਡਲ ਉਹਨਾਂ ਦਾ ਅਨਸਰ ਸਹੀ ਨੈਕਸਟ ਕੁਐਸਚਨ ਹੈ ਸਾਡੇ ਕੋਲੇ ਦੰਦਾਂ ਦੇ ਡਾਕਟਰ ਦੁਆਰਾ ਆਮ ਤੌਰ ਤੇ ਵਰਤੋਂ ਵਿੱਚ ਲਿਆਇਆ ਜਾਣ ਵਾਲਾ ਦਰਪਣ ਹੈ ਆਪਸ਼ਨ A ਹੈ ਉਤਲ ਦਰਪਣ ਆਪਸ਼ਨ B ਅਵਤਲ ਦਰਪਣ অপশন সি সমতল দর্পণ ਜਾਂ অপশন ডি ਕੋਈ ਨਹੀਂ ਜਿੰਨਾ ਵਿਦਿਆਰਥੀ ਨੇ অপশন ਨੰਬਰ ਬੀ ਦੀ ਚੋਣ ਕੀਤੀ ਹੈ ਅਵਤਲ ਦਰਪਣ ਉਹਨਾਂ ਦਾ ਅਨਸਰ கரੈਕਟ ਹੈ ਕਿਉਂਕਿ ਜਿਹੜਾ ਅਵਤਲ ਦਰਪਣ ਹੁੰਦਾ ਹੈ ਇਹ ਵਸਤੂ ਦੇ ਪ੍ਰਤਿਮ ਨੂੰ ਵੱਡਾ ਕਰਕੇ ਦਿਖਾਉਂਦਾ ਹੈਗਾ ਅਤੇ ਜਿਹੜਾ ਉਤਲ ਦਰਪਣ ਹੁੰਦਾ ਹੈ ਇਹ ਵਸਤੂ ਦੇ ਪ੍ਰਤਿਮ ਨੂੰ ਛੋਟਾ ਕਰਕੇ ਵਿਖਾਉਂਦਾ ਹੈ ਇਸੇ ਕਰਕੇ ਜਿਹੜੇ ਵਿਕਲ ਹੁੰਦੇ ਨੇ ਉਹਨਾਂ ਉੱਤੇ ਕਿਹੜਾ ਦਰਪਣ ਲੱਗਿਆ ਹੁੰਦਾ ਹੈ ਉਤਲ ਦਰਪਣ ਲੱਗਿਆ ਹੁੰਦਾ ਹੈ ਨੈਕਸਟ ਹੈ ਪੁਲਾੜ ਯਾਤਰੀ ਨੂੰ ਪੁਲਾੜ ਵਿੱਚ ਆਕਾਸ਼ ਨੀਲੇ ਰੰਗ ਦੀ ਤਾਂ ਕਿਸ ਰੰਗ ਦਾ ਵਿਖਾਈ ਦਿੰਦਾ ਹੈ অপਸ਼ਨ A ਹੈ ਹਰਾ অপਸ਼ਨ B ਕਾਲਾ অপਸ਼ਨ C ਨੀਲਾ ਹੀ ਵਿਖਾਈ ਦਿੰਦਾ ਹੈ ਜਾਂ অপਸ਼ਨ D ਸਫੇਦ ਜਿੰਨਾ ਵਿਦਿਆਰਥੀ ਨੇ অপশন নাম্বার বি ਦੀ ਚੋਣ ਕੀਤੀ ਹੈ ਉਹਨਾਂ ਦਾ ਆਨਸਰ கரੈਕਟ ਹੈ ਨੈਕਸਟ ਹੈ ਸਾਡੇ ਕੋਲੇ ਨੈਕਸਟ ਵਿਪ ਗੋਰ ਵਿਚ ਵੱਧ ਤਰੰਗ ਲੰਬਾਈ ਹੁੰਦੀ ਹੈ ਭਾਅ ਕਿਹੜੇ ਜਿਹੜੀ ਤਰੰਗ ਦੀ ਲੰਬਾਈ ਵੱਧ ਹੁੰਦੀ ਹੈ অপਸ਼ਨ ਏ ਹੈ ਲਾਲ অপਸ਼ਨ ਬੀ ਹੈ ਨੀਲਾ অপਸ਼ਨ ਸੀ ਬੈਂਗਣੀ ਜਾਂ অপਸ਼ਨ ਡੀ ਪੀਲਾ ਜਿੰਨਾ ਵਿਦਿਆਰਥੀ ਨੇ অপਸ਼ਨ ਨੰਬਰ A ਦੀ ਚੋਣ ਕੀਤੀ ਹੈ ਲਾਲ ਉਹਨਾਂ ਦਾ ਆਨਸਰ கரੈਕਟ ਹੈ ਸਭ ਤੋਂ ਜ਼ਿਆਦਾ ਜਿਹੜੀ ਹੈ ਲੰਬਾਈ ਹੈ ਗਿਆ ਉਹ ਲਾਲ ਰੰਗ ਦੀ ਹੁੰਦੀ ਹੈ ਨੈਕਸਟ ਕੁਐਸਚਨ ਹੈ ਮਨੁੱਖੀ ਅੱਖ ਦੇ ਕਿਸ ਭਾਗ ਤੇ ਵਸਤੂ ਦਾ ਪ੍ਰਤਿਮ ਬਣਦਾ ਹੈ অপਸ਼ਨ A ਹੈ ਕਾਰਨੀਆਂ অপਸ਼ਨ B ਰੈਟੀਨਾ অপਸ਼ਨ C ਕੋਲਾਈਡੀ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਜਿੰਨਾ ਵਿਦਿਆਰਥੀ ਨੇ অপਸ਼ਨ ਨੰਬਰ ਬੀ ਦੀ ਚੋਣ ਕੀਤੀ ਹੈ ਰੈਟੀਨਾ ਉਹਨਾਂ ਦਾ ਜਬਿਲੀ ਸ਼ਕਤੀ ਦੀ ਇਕਾਈ ਹੈ অপਸ਼ਨ ਵੋਲਟ অপਸ਼ਨ ਸੀ ਜੂਲ ਜਾਂ অপਸ਼ਨ ਡੀ ਵਾਟ ਜਿੰਨਾ ਵਿਦਿਆਰਥੀ ਨੇ অপਸ਼ਨ ਨੰਬਰ ਡੀ ਦੀ ਚੋਣ ਕੀਤੀ ਹੈ ਵਾਟ ਉਹਨਾਂ ਦਾ ਅਨਸਰ ਕਰੈਕਟ ਹੈ ਨੈਕਸਟ ਹੈ ਸੂਰਜੀ ਸੈੱਲ ਬਣਾਉਣ ਲਈ ਪ੍ਰਯੋਗ ਕੀਤਾ ਜਾਂਦਾ ਹੈ অপਸ਼ਨ A ਹੈ ਕਾਰਬਨ অপਸ਼ਨ B ਸੋਡੀਅਮ অপਸ਼ਨ C ਸਿਲੀਕੋਨ ਜਾਂ অপਸ਼ਨ D ਕੋਬਾਲਟ ਜਿੰਨਾ ਵਿਦਿਆਰਥੀ ਨੇ অপਸ਼ਨ ਨੰਬਰ C ਦੀ ਚੋਣ ਕੀਤੀ ਹੈ ਸਿਲੀਕੋਨ ਉਹਨਾਂ ਦਾ ਆਨਸਰ கரੈਕਟ ਹੈ ਨੈਕਸਟ ਪੋਜਨ ਜਾਲ ਦੇ ਅਨੁਸਾਰ ਮਨੁੱਖ ਕੀ ਹੈ অপਸ਼ਨ A ਹੈ ਮਾਸਾਹਾਰੀ অপਸ਼ਨ B ਸ਼ਾਕਾਹਾਰੀ অপਸ਼ਨ C ਫਲ ਆਹਾਰੀ ਜਾਂ অপਸ਼ਨ D ਸਰਵ ਆਹਾਰੀ ਜਿੰਨਾ ਵਿਦਿਆਰਥੀਆਂ ਨੇ অপਸ਼ਨ ਨੰਬਰ D ਦੀ ਚੋਣ ਕੀਤੀ ਹੈ ਸਰਵ ਆਹਾਰੀ ਉਹਨਾਂ ਦਾ ਅਨਸਰ ਕੌਰੈਕਟ ਹੈ ਨੈਕਸਟ ਹੈ ਆਧੁਨਿਕ ਆਵਰਤੀ ਸਾਰਣੀ ਦਾ ਸਿਰਜਣਹਾਰ ਕੌਣ ਹੈ অপਸ਼ਨ A ਗਾਇ ਹੈਨਰੀ ਮੋਸਲੇ অপশন B ਮੈਂਡਲੀਵ অপশন C ਅਲਫ्रेड ਨੋਬਲ ਜਾਂ অপশন D ਸਰ ਮਿਜ਼ੋ ਜਿੰਨਾ ਵਿਦਿਆਰਥੀਆਂ ਨੇ অপশন ਨੰਬਰ A ਦੀ ਚੋਣ ਕੀਤੀ ਹੈ ਹੈਨਰੀ ਮੋਸਲੇ ਉਹਨਾਂ ਦਾ ਅਨਸਰ கரੈਕਟ ਹੈ ਨੈਕਸਟ ਹੈ ਸਭ ਤੋਂ ਵੱਧ ਕਿਰਿਆਸ਼ੀਲ ਤਾਤ ਕਿਹੜੀ ਹੈ অপশন A ਹੈਗਾ CA অপশন বি সি ইউ অপশন সি এন এ ਜਾਂ অপশন ডি ডি এ ইউ ਜਿੰਨਾ ਵਿਦਿਆਰਥੀ ਨੇ অপশন ਨੰਬਰ ਸੀ ਦੀ ਚੋਣ ਕੀਤੀ ਹੈ ਐਨਾ ਭਾਵ ਸੋਡੀਅਮ ਉਹਨਾਂ ਦਾ ਅਨਸਰ கரੈਕਟ ਹੈ ਨੈਕਸਟ ਕੁਐਸਚਨ ਹੈ ਸਾਡੇ ਕੋਲੇ 1 ਗ੍ਰਾਮ ਸੋਨੇ ਦੀ ਕਿੰਨੀ ਲੰਬੀ ਤਾਰ ਖਿੱਚੇ ਜਾ ਸਕਦੀ ਹੈ অপশন এ ਹੈ 2 ਮੀਟਰ অপশন বি ਹੈਗਾ 2 ਕਿਲੋਮੀਟਰ অপশন ਸੀ ਹੈਗਾ ਜਿਹੜਾ ਸਾਡੇ ਕੋਲੇ ਉਹ ਹੈਗਾ 10 ਕਿਲੋਮੀਟਰ ਜਾਂ অপশন ਡੀ 1 ਮੀਟਰ ਜਿੰਨਾ ਵਿਦਿਆਰਥੀਆਂ ਨੇ অপশন ਨੰਬਰ ਬੀ ਦੀ ਚੋਣ ਕੀਤੀ ਹੈ 2 ਕਿਲੋਮੀਟਰ ਉਹਨਾਂ ਦਾ ਆਨਸਰ கரெક્ટ ਹੈ 1 ਗ੍ਰਾਮ ਸੋਨੇ ਤੋਂ 2 ਕਿਲੋਮੀਟਰ ਦੇੜੀ ਹੈ ਲੰਬੀ ਤਾਰ ਖਿੱਚੀ ਜਾ ਸਕਦੀ ਹੈ ਨੈਕਸਟ ਕੁਐਸਚਨ ਸਾਡੇ ਕੋਲੇ ਹੈ ਤਰਤੀ ਦੀ ਪੀਪੜੀ ਵਿੱਚ ਕਿਹੜੀ ਤੱਜ ਜ਼ਿਆਦਾ ਮਾਤਾ ਵਿੱਚ ਮੌਜੂਦ ਹੈ অপਸ਼ਨ A ਹੈ ਪਾਣੀ অপਸ਼ਨ B ਕੋਲਾ অপਸ਼ਨ C ਐਲੂਮੀਨੀਅਮ ਜਾਂ অপਸ਼ਨ D ਸੋਨਾ ਜਿੰਨਾ ਵਿਦਿਆਰਥੀ ਨੇ অপਸ਼ਨ ਨੰਬਰ C ਦੀ ਚੋਣ ਕੀਤੀ ਹੈ ਐਲੂਮੀਨੀਅਮ ਉਹਨਾਂ ਦਾ ਆਨਸਰ கரੈਕਟ ਹੈ ਨੈਕਸਟ ਹੈ ਤਾਪ ਦੀ ਸਭ ਤੋਂ ਉੱਤਮ ਚਾਲਕ ਹੈ অপশন এ चांदी ऑप्शन बी लोहा ऑप्शन सी सोना या ऑप्शन डी कॉपर ਜਿੰਨਾ ਵਿਦਿਆਰਥੀਆਂ ਨੇ অপশন ਨੰਬਰ এ ਦੀ ਚੋਣ ਕੀਤੀ ਹੈ चांदी ਉਹਨਾਂ ਦਾ ਅਨਸਰ கரெક્ટ ਹੈ चांदी ਵਿੱਚੋਂ ਜਿਹੜੀ ਹੈ ਸਭ ਤੋਂ ਜ਼ਿਆਦਾ ਬਿਜਲੀ ਪਾਸ ਹੁੰਦੀ ਹੈ ਅੰਤ ਵਿੱਚ ਜਿਹੜਾ ਤੁਸੀਂ ਆਪਣਾ ਸਕੋਰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਹੈ ਜੀ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ